ਗੱਲ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਕਰਨ ਜਾ ਰਹੇ ਹਾਂ, ਜਿੱਥੇ ਇੱਕ ਪਾਸੇ ਜਦੋਂ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰਦੇ ਹਾਂ, ਜਿਹੜੇ ਸਟੂਡੈਂਟ ਪਲੱਸ ਟੂ ਤੋਂ ਬਾਅਦ ਅਪਲਾਈ ਕਰਨ ਬਾਰੇ ਸੋਚ ਰਹੇ ਨੇ, ਉਹ ਕਿਤੇ ਨਾ ਕਿਤੇ ਥੋੜ੍ਹੇ ਚਿੰਤਾ ਵਿੱਚ ਜ਼ਰੂਰ ਹੁੰਦੇ ਨੇ ਕਿ ਜਿਸ ਤਰੀਕੇ ਨਾਲ ਰਿਜ਼ਲਟ ਅਸੀਂ ਆਸਟ੍ਰੇਲੀਆ ਤੋਂ ਦੇਖ ਰਹੇ ਹਾਂ, ਜਿਸ ਤਰੀਕੇ ਨਾਲ ਥੋੜ੍ਹੀ ਸਟ੍ਰਿਕਟਨੈਸ ਦੇਖ ਰਹੇ ਹਾਂ, ਪਰ ਦੂਜੇ ਪਾਸੇ ਜਦੋਂ ਗੱਲ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਹੁੰਦੀ ਹੈ ਤਾਂ ਬਹੁਤ ਹੀ ਪੋਜ਼ਿਟਿਵ ਰਿਜ਼ਲਟ ਇੱਥੇ ਵੀ ਸਾਨੂੰ ਵੇਖਣ ਨੂੰ ਮਿਲ ਰਹੇ ਨੇ। ਸੋ ਪ੍ਰੋਫਾਈਲਸ ਅਸੀਂ ਜ਼ਰੂਰ ਡਿਸਕਸ ਕਰਦੇ ਹਾਂ ਹਰ ਵਾਰ, ਅੱਜ ਵੀ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗੇ ਤਾਂ ਕਿ ਸਕੂਲਿੰਗ ਵੀਜ਼ਾ ਨੂੰ ਲੈ ਕੇ ਹੋਰ ਜ਼ਿਆਦਾ ਅਵੇਅਰਨੈਸ ਜੋ ਹੈ ਹੋ ਸਕੇ, ਔਰ ਜਿਹੜੇ ਪੇਰੈਂਟਸ ਚਾਹੁੰਦੇ ਨੇ ਕਿ ਅਸੀਂ ਆਪਣੇ ਬੱਚੇ ਨੂੰ ਜੋ ਹੈ ਸਕੂਲਿੰਗ ਵੀਜ਼ਾ 'ਤੇ ਪ੍ਰੋਸੈਸ 'ਤੇ ਅੱਗੇ ਤੋਰ ਸਕੀਏ, ਅਤੇ ਉਹ ਵੀ ਹਰ ਇੱਕ ਪੁਆਇੰਟ ਨੂੰ ਜ਼ਰੂਰ ਜਾਣ ਸਕਣ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਔਰ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਢੇਰ ਸਾਰੀ ਜਾਣਕਾਰੀ ਇੱਕ ਵਾਰ ਫਿਰ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਮੈਮ ਦਾ ਤਕਰੀਬਨ 27-28 ਸਾਲਾਂ ਦਾ ਐਕਸਪੀਰੀਅੰਸ, ਔਰ ਮੈਮ ਮੈਂ ਇੱਥੇ ਗੱਲ ਜ਼ਰੂਰ ਕਰਨਾ ਚਾਹਾਂਗੀ, ਇੱਕ ਪਾਸੇ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਸਟੱਡੀ ਵੀਜ਼ਾ ਹੈ, ਔਰ ਇੱਕ ਪਾਸੇ ਜਦੋਂ ਆਪਾਂ ਆਸਟ੍ਰੇਲੀਆ ਦੇ ਸਕੂਲਿੰਗ ਵੀਜ਼ਾ ਨੂੰ ਦੇਖਦੇ ਹਾਂ, ਕਿਵੇਂ ਆਪਾਂ ਗ੍ਰਾਫ ਅੱਜ ਦੇ ਟਾਈਮ ਵਿੱਚ ਵੱਧਦਾ ਦੇਖਦੇ ਹਾਂ ਪ੍ਰੋਸੈਸ ਵਾਈਜ਼ ਰਿਜ਼ਲਟ ਵਾਈਜ਼, ਜਿਸ ਤਰੀਕੇ ਨਾਲ ਅਸੀਂ ਤੁਸੀਂ ਵੀ ਹਰ ਵਾਰੀ ਪ੍ਰੋਫਾਈਲ ਜੋ ਹੈ ਡਿਸਕਸ ਕਰਦੇ ਹੋ, ਤੁਹਾਡੀ ਕੰਪਨੀ ਦੇ ਵੱਲੋਂ ਵੀ ਬਹੁਤ ਚੰਗੇ ਕੇਸਿਸ 'ਤੇ ਕੰਮ ਕਰਕੇ ਸਕੂਲਿੰਗ ਵੀਜ਼ਾ ਵੀ ਲਿਆਂਦਾ ਗਿਆ, ਗ੍ਰਾਫ ਬੜੀ ਤੇਜ਼ੀ ਨਾਲ ਆਪਾਂ ਦੇਖ ਰਹੇ ਹਾਂ ਕਿ ਪੋਜ਼ਿਟਿਵਲੀ ਉੱਪਰ ਵੱਲ ਨੂੰ ਵੱਧ ਰਿਹਾ, ਕੀ ਕਹਿਣਾ ਚਾਹੋਗੇ ਤੁਸੀਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਬਾਰੇ? ਹਰਜੋਤ, ਦੇਖੋ ਕੋਈ ਵੀ ਅੰਬੈਸੀ ਆ ਜਾਂ ਕੋਈ ਵੀ ਹਾਈ ਕਮਿਸ਼ਨ ਹੈ, ਟਾਈਮ ਟੂ ਟਾਈਮ ਇਹਨਾਂ ਦੇ ਵੀਜ਼ਾ ਰੂਲਸ ਜਿਹੜੇ ਆ, ਮਤਲਬ ਕਿਸੇ ਟਾਈਮ ਬਹੁਤ ਅੱਛਾ ਦੇ ਰਿਹਾ ਵੀਜ਼ਾ, ਕਿਸੇ ਟਾਈਮ ਨਹੀਂ ਦੇ ਰਹੇ। ਸਕੂਲਿੰਗ ਵੀਜ਼ਾ ਜਿਹੜਾ ਇਸ ਟਾਈਮ ਅੱਛਾ ਆ ਰਿਹਾ, ਔਰ ਪੇਰੈਂਟਸ ਨਾਲ ਮਤਲਬ ਵੀਜ਼ਾ ਦੇ ਰਹੇ ਆ। ਇਹ ਪਿਛਲੇ ਜਿੰਨੇ ਕੇਸ ਲਗਾਏ ਸਾਰੇ 100% ਸਕਸੈਸਫੁਲ ਗਏ ਆ, ਚਾਹੇ ਅਸੀਂ ਪਲੱਸ ਵਨ ਵਾਲੇ ਬੱਚੇ ਵਾਸਤੇ ਲਿਆ ਹੋਏ, ਚਾਹੇ ਅਸੀਂ 7th ਕਲਾਸ ਦੇ ਬੱਚੇ ਵਾਸਤੇ ਲਿਆ ਹੋਏ, ਚਾਹੇ ਅਸੀਂ 5th ਕਲਾਸ ਦੇ ਬੱਚੇ ਵਾਸਤੇ ਲਿਆ ਹੋਏ। ਅਤੇ ਇਹ ਬਹੁਤ ਅੱਛਾ ਇਸ ਟਾਈਮ ਟ੍ਰੈਂਡ ਜਾ ਰਿਹਾ ਸਕੂਲਿੰਗ ਵੀਜ਼ਾ ਦਾ, ਕਿਉਂਕਿ ਕਿਧਰੇ ਨਾ ਕਿਧਰੇ ਮਾਂ ਬਾਪ ਦੀ ਚਾਹ ਹੁੰਦੀ ਹੈ ਕਿ ਬੱਚਾ ਸਾਡਾ ਬਾਹਰ ਪੜ੍ਹੇ, ਮਦਰ ਉਹਦੇ ਨਾਲ ਜਾ ਕੇ ਮਤਲਬ ਉਹ ਵੀ ਉਸ ਕੰਟਰੀ ਨੂੰ ਦੇਖ ਸਕੇ, ਨਾਲ ਬੱਚਾ ਜਿਹੜਾ ਉਹਦੀ ਉਹ ਐਜੂਕੇਸ਼ਨ ਨੂੰ ਉਹਨੂੰ ਸਪੋਰਟ ਕਰ ਸਕੇ। ਅਤੇ ਇਹੀ ਮਕਸਦ ਹੁੰਦਾ ਹਰ ਮਦਰ ਦਾ ਕਿ ਮੈਂ ਜਾ ਕੇ ਇਹਦੇ ਨਾਲ ਥੋੜ੍ਹੇ ਦੇਰ ਰਵਾਂ ਜਦ ਤੱਕ ਬੱਚਾ ਮੈਚੋਰ ਨਹੀਂ ਹੁੰਦਾ। ਹੁਣ ਤੁਸੀਂ ਇਹ ਦੇਖੋ ਕਿ ਯੂਨੀਵਰਸਿਟੀਜ਼ ਦੇ ਵਿੱਚ ਇੰਨੀ ਅੱਛੀ ਅੱਛੀ ਯੂਨੀਵਰਸਿਟੀਆਂ 'ਚ ਵੀ ਬੱਚਿਆਂ ਦੇ ਵੀਜ਼ੇ ਰਿਜੈਕਸ਼ਨ ਹੋ ਰਹੇ ਹੈ, ਜਦਕਿ ਸਕੂਲਿੰਗ ਵੀਜ਼ਾ ਪਲੱਸ ਵਨ ਦਾ, 2 ਸਾਲ 'ਚ ਤਾਂ ਉਹਨੇ ਉੱਥੇ ਯੂਨੀਵਰਸਿਟੀ 'ਚ ਆ ਜਾਣਾ, ਅਤੇ ਪਲੱਸ ਵਨ ਵਾਲੇ ਬੱਚੇ ਦਾ ਜਿਹੜਾ ਵੀਜ਼ਾ ਆਰਾਮ ਨਾਲ ਆ ਰਿਹਾ, 10th ਵਾਲੇ ਬੱਚੇ ਦਾ ਵੀਜ਼ਾ ਆਰਾਮ ਨਾਲ ਆ ਰਿਹਾ, 7th ਵਾਲੇ ਬੱਚੇ ਦਾ, ਉਹ ਵੀ ਪੇਰੈਂਟਸ ਦੇ ਨਾਲ, ਅਤੇ ਦੈਟਸ ਅ ਗੁੱਡ ਨਿਊਜ਼। ਐਂਡ ਟੋਟਲ ਜਿਹੜਾ ਇਹਦਾ ਡਿਟੇਲ ਇਹ ਹੈ, ਫੀਸਾਂ ਜਿਹੜੀ ਆ ਗਵਰਮੈਂਟ ਸਕੂਲਸ ਦੀ ਜਿਹੜੀ ਰਹਿੰਦੀ ਹੈ ਉਹ 12,000-11,000 ਤੋਂ ਸ਼ੁਰੂ ਹੋ ਕੇ 11,000 ਦੀ, ਜਦ ਮੈਂ ਗੱਲ ਕਰਾਂ ਕਲਾਸ ਜਿੰਨੀ ਛੋਟੀ ਹੋਏਗੀ ਉਹਦੇ ਹਿਸਾਬ ਨਾਲ ਫੀਸ ਹੁੰਦੀ ਹੈ, ਉਹਦੀ ਘੱਟ ਫੀਸ ਹੋਏਗੀ, ਜਿੱਦਾਂ ਜਿੱਦਾਂ ਕਲਾਸ ਵੱਧਦੀ ਜਾਏਗੀ ਫੀਸ ਵੱਧਦੀ ਜਾਂਦੀ ਹੈ। ਜੇ ਆਪਾਂ ਪਲੱਸ ਵਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਈ $20,000 ਫੀਸ ਹੈ, ਜੋ ਕਿ ਬਹੁਤ ਸਸਤੀ ਹੈ ਜੇ ਕੰਪੇਅਰ ਕਰੋ ਤੁਸੀਂ UK ਤੋਂ, ਕੈਨੇਡਾ ਤੋਂ ਔਰ USA ਤੋਂ, ਜਿਹਨਾਂ ਦੀ ਫੀਸ 40,000-45,000 ਆਮ ਫੀਸ ਹੈ, ਉਹੀ ਫੀਸ ਇੱਥੇ ਕੋਈ $20,000 ਆ ਰਹੀ ਹੈ, ਜਿਹੜੀ ਕਿ ਤੁਹਾਡੀ 11 ਕੁ ਲੱਖ ਹੈ, ਉਹ ਵੀ 11ਵੀਂ ਦੇ ਵਿੱਚ। ਜੇ ਇਹੀ ਬੱਚਾ ਕੋਈ 6-7 'ਚ ਪੜ੍ਹ ਰਿਹਾ, ਇਹਨਾਂ ਦੇ $11,000-13,000 ਫੀਸ ਆਉਂਦੀ ਹੈ, ਜਿਹੜੀ ਕਿ ਸਾਡੇ ਪਾਸ 6.5 ਲੱਖ ਰੁਪਇਆ ਸਾਲ ਦੀ ਫੀਸ ਹੈ। ਤੁਸੀਂ ਇੱਥੇ ਕੋਈ ਮਰਜ਼ੀ ਬੋਰਡਿੰਗ ਸਕੂਲ 'ਚ ਬੱਚੇ ਨੂੰ ਪਾਓ, ਇਸ ਤੋਂ ਜ਼ਿਆਦਾ ਫੀਸ ਆਏਗੀ ਜਿਹੜੀ ਉੱਥੇ ਜਾ ਰਹੀ ਹੈ ਤੁਹਾਡੀ ਫੀਸ। ਇੱਕ ਤਾਂ ਤੁਹਾਡਾ ਜਿਹੜਾ ਓਵਰਆਲ ਜਿਹੜਾ ਆਸਟ੍ਰੇਲੀਆ ਵਰਗੀ ਕੰਟਰੀ ਦਾ ਐਕਸਪੋਜ਼ਰ ਮਿਲ ਰਿਹਾ, ਸਟੂਡੈਂਟ ਉੱਥੇ ਇੰਨੇ ਸਾਰੇ ਸਟੂਡੈਂਟਸ ਦੇ ਲੋਕਲ ਸਟੂਡੈਂਟਸ ਦੇ ਨਾਲ ਪੜ੍ਹ ਰਹੇ ਹੈ, ਐਕਸਪੋਜ਼ਰ ਮਿਲ ਰਿਹਾ, ਮਦਰ ਨਾਲ ਜਾ ਸਕਦੀ ਹੈ। ਫੰਡ ਜਿਹੜੇ ਸ਼ੋਅ ਕਰਨ ਵਾਲੇ ਆ ਉਹ ਜਿਹੜੇ ਆ ਉਹੀ 1 ਈਅਰ ਲਿਵਿੰਗ ਅਸੀਂ ਸ਼ੋਅ ਕਰਨੇ ਹੈ,
ਐਂਡ ਜਿਹੜਾ ਏਅਰਫੇਅਰ ਵਗੈਰਾ ਜੋ ਵੀ ਡਿਪੈਂਡੈਂਟ ਦੇ ਨਾਲ ਥੋੜ੍ਹੇ ਜਿਹੇ ਫੰਡ ਸ਼ੋ ਕਰਨੇ ਆ, ਲੇਕਿਨ ਪੁਰਾਣੇ ਹੋਣੇ ਚਾਹੀਦੇ, ਇੱਕਦਮ ਨਵੇਂ ਨਾਮ ਤੁਸੀਂ ਪਾਓ, ਇਹ ਮੇਨ ਹੁੰਦਾ ਸਕੂਲਿੰਗ ਵੀਜ਼ਾ 'ਚ। ਅਸੀਂ ਵਿਕਟੋਰੀਆ ਗੌਰਮੈਂਟ ਦੀ ਤਰਫ ਤੋਂ ਆਥੋਰਾਈਜ਼ਡ ਰਿਪ੍ਰੈਜੈਂਟੇਟਿਵਸ ਹਾਂ, ਉੱਥੇ ਜੋ ਮਰਜ਼ੀ ਸਕੂਲ ਹੋਏ ਵਿਕਟੋਰੀਆ ਦੇ ਵਿੱਚ, ਉਹਨਾਂ ਦੇ ਵਿੱਚ ਅਸੀਂ ਕਿਸੇ ਵਿੱਚ ਵੀ ਐਡਮਿਸ਼ਨ ਕਰਾ ਸਕਦੇ ਹਾਂ। ਬਾਕੀ ਸਿਡਨੀ, ਬ੍ਰਿਸਬੇਨ, ਬੱਚਾ ਜਿੱਥੇ ਮਰਜ਼ੀ ਗਏ, ਐਡੀਲੇਟ, ਅਸੀਂ ਹਰ ਜਗ੍ਹਾ ਕਰਾ ਸਕਦੇ ਹਾਂ, ਬਟ ਵਿਕਟੋਰੀਆ ਗਵਰਨਮੈਂਟ ਦੇ ਅਸੀਂ ਅਥੋਰਾਈਜ਼ਡ ਰਿਪ੍ਰੈਜੈਂਟੇਟਿਵ ਹਾਂ। ਐਂਡ ਜਿਹੜਾ ਰਿਜ਼ਲਟ ਹੈ ਉਹ ਵੀ ਬਹੁਤ ਜਲਦੀ ਆ ਰਿਹਾ, ਵਿਦ ਇਨ 1 week 10 days ਰਿਜ਼ਲਟ ਆ ਰਿਹਾ ਵੀਜ਼ਾ ਦੇ। ਅਤੇ ਇਹ ਸਟੂਡੈਂਟਸ ਵਾਸਤੇ ਇੱਕ ਅੱਛੀ ਨਿਊਜ਼ ਹੋ ਸਕਦੀ ਹੈ ਕਿ ਇੰਨੀ ਘੱਟ ਫੀਸ 'ਚ ਜਾ ਕੇ ਇਹਨਾਂ ਨੇ 1-2 ਸਾਲ ਪੜ੍ਹ ਲਿਆ, ਉਹਦੇ ਬਾਅਦ ਯੂਨੀਵਰਸਿਟੀ ਵਾਸਤੇ ਇੱਥੋਂ ਜਿਹੜਾ GT ਕਰਾਓ, ਬੱਚੇ ਦੀ ਐਕਸੈਪਟ ਕਰ ਰਹੇ ਨਹੀਂ ਕਰ ਰਹੇ, ਆਰਟਸ ਵਾਲਾ ਬੱਚਾ ਉਹਨੂੰ ਐਕਸੈਪਟ ਨਹੀਂ ਕਰ ਰਹੇ ਜਾਂ, ਅਤੇ ਇਹ ਸਾਰੇ ਕੋਈ ਵੀ ਓਬਸਟੈਕਲ ਨਹੀਂ ਹੈ। ਸਟੂਡੈਂਟ ਜਿਹੜਾ ਆਪਣੇ ਆਪ ਉਹਦੇ ਬਾਅਦ ਜੋ ਮਰਜ਼ੀ ਯੂਨੀਵਰਸਿਟੀ, ਚਾਹੇ ਉਹ ਬੜੀ ਯੂਨੀਵਰਸਿਟੀ ਹੈ, ਉਹਨੂੰ ਵੀ ਸਿਲੈਕਟ ਕਰ ਸਕਦਾ ਜੇ ਉਹਦਾ ਅੱਛਾ ਪ੍ਰੋਫਾਈਲ ਆ ਰਿਹਾ, ਔਰ ਉਹਨੂੰ ਉੱਥੇ ਜਾ ਕੇ ਉਨਾ ਹੀ ਪੈਸਾ ਬਚ ਜਾਣਾ ਜਿੰਨਾ ਲਗਾਇਆ, ਕਿਉਂਕਿ ਉੱਥੇ ਜਾ ਕੇ ਜੇ ਉਹਨੇ ਅੱਛਾ ਪਰਫਾਰਮ ਕੀਤਾ ਉਹਨੂੰ ਸਕਾਲਰਸ਼ਿਪ ਬਹੁਤ ਜ਼ਿਆਦਾ ਮਿਲ ਜਾਏਗੀ, ਤਾਂ ਮੈਨੂੰ ਲੱਗਦਾ ਜਿੰਨਾ ਪੈਸਾ ਲਗਾਇਆ ਉੱਥੇ ਬਚਾ ਵੀ ਸਕਦਾ। ਬਿਲਕੁਲ ਬਿਲਕੁਲ। ਸੋ ਮੈਮ ਨੇ ਦੇਖੋ ਪੂਰੇ ਫੈਕਟਸ ਜੋ ਹੈ ਤੁਹਾਡੇ ਸਾਹਮਣੇ ਰੱਖੇ ਨੇ, ਤਾਂ ਕਿ ਤੁਸੀਂ ਹਰ ਚੀਜ਼ ਨੂੰ ਸਮਝ ਸਕੋ। ਪੇਰੈਂਟਸ ਦਾ ਦੇਖੋ ਇਸ ਸਕੂਲਿੰਗ ਵੀਜ਼ਾ ਦੇ ਵਿੱਚ ਪੇਰੈਂਟਸ ਦਾ ਡਿਸੀਜ਼ਨ ਜੋ ਹੈ ਪ੍ਰਾਇਓਰਟੀ 'ਤੇ ਹੁੰਦਾ, ਸੋ ਪੇਰੈਂਟਸ ਨੂੰ ਇਹ ਚੀਜ਼ਾਂ ਸਾਰੀਆਂ ਜ਼ਰੂਰ ਸਮਝਣੀਆਂ ਚਾਹੀਦੀਆਂ ਨੇ, ਤਾਂ ਕਿ ਅਗਰ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਦਾ ਫਿਊਚਰ ਜੋ ਹੈ ਟਾਈਮਲੀ ਤੁਸੀਂ ਆਸਟ੍ਰੇਲੀਆ ਵਿੱਚ ਵਧੀਆ ਢੰਗ ਨਾਲ ਅੱਗੇ ਨੂੰ ਤੋਰ ਸਕੋ, ਕਿਉਂਕਿ +1, +2 ਜਦੋਂ ਸਟੂਡੈਂਟ ਤਿਆਰੀ ਕਰ ਰਿਹਾ ਹੁੰਦਾ ਕਿ ਅਸੀਂ +2 ਤੋਂ ਬਾਅਦ ਜੋ ਹੈ ਆਸਟ੍ਰੇਲੀਆ ਦੇ ਲਈ ਅਪਲਾਈ ਕਰਾਂਗੇ, ਸੋ ਪਹਿਲਾਂ ਹੀ ਸਕੂਲ ਵਿੱਚ ਪੜ੍ਹਦੇ ਹੋਏ ਹੀ ਤੁਸੀਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦਵਾ ਕੇ ਜ਼ਰੂਰ ਉਹਦੇ ਫਿਊਚਰ ਦੇ ਲਈ ਇੱਕ ਚੰਗੀ ਸ਼ੁਰੂਆਤ ਕਰ ਸਕਦੇ ਹੋ। ਸੋ ਮੈਮ ਇੱਥੇ ਇੱਕ ਸਵਾਲ ਅਕਸਰ ਇਹ ਵੀ ਰਹਿੰਦਾ, ਕਦੋਂ ਅਸੀਂ ਐਡਮਿਸ਼ਨ ਲਈ ਅਪਲਾਈ ਕਰ ਸਕਦੇ ਹਾਂ, ਕਦੋਂ ਕਦੋਂ ਉੱਥੇ ਸੈਸ਼ਨਸ ਹੁੰਦੇ ਨੇ, ਉਸ ਅਕੋਰਡਿੰਗਲੀ ਵੀ ਜ਼ਰੂਰ ਇਨਫੋਰਮੇਸ਼ਨ ਸਾਂਝੀ ਕਰਿਓ। ਦੇਖੋ ਹੁਣ ਜੋ ਵੀ ਸਟੂਡੈਂਟਸ, ਇਹ ਬਹੁਤ ਸਹੀ ਟਾਈਮ ਹੈ, ਆਪਾਂ ਤਾਂ ਹੀ ਇਹ ਵੀਡੀਓ ਬਣਾ ਰਹੇ ਹਾਂ। ਰੀਜ਼ਨ ਬੀਇੰਗ ਕਿ ਹੁਣ ਜਿਹੜਾ ਇਨਟੇਕ ਆ ਉਹ 1 April-May ਦਾ, ਇੱਥੇ ਸਟੂਡੈਂਟਸ ਦਾ ਜਿਹੜਾ ਇਗਜ਼ਾਮ ਹੈ ਉਹ 1 March ਵਿੱਚ ਹੋ ਜਾਏਗਾ। ਅਸੀਂ ਉਹ ਸਕੂਲ ਤੋਂ ਪ੍ਰਡਿਕਟਿਡ ਸਕੂਲ ਸਕੋਰ ਲੈ ਸਕਦੇ ਹੈ। ਮੰਨ ਲਓ ਬੱਚਾ 9th ਵਿੱਚ ਹੈ ਜਾਂ 10th ਵਿੱਚ ਹੈ, ਅਤੇ ਹੁਣ ਜਿਹੜੀ ਕਲਾਸ 'ਚ ਉਹਦਾ ਕਿੰਨਾ ਕੁ ਸਕੋਰ ਆਏਗਾ ਬੇਸਡ ਆਨ ਪਿਛਲੇ ਰਿਜ਼ਲਟ ਦੇ, ਟੀਚਰ ਲਿਖ ਕੇ ਦੇ ਦਿੰਦੇ ਆ, ਉਹਦੇ ਬਾਅਦ ਨੈਕਸਟ ਕਲਾਸ ਦੀ ਉਹਦੀ ਐਡਮਿਸ਼ਨ ਹੋ ਜਾਏਗੀ ਜਦ ਤੱਕ ਬੱਚੇ ਦਾ ਰਿਜ਼ਲਟ ਆਏਗਾ, ਅਤੇ ਨੈਕਸਟ ਕਲਾਸ ਦੀ ਐਡਮਿਸ਼ਨ ਕਰਾ ਦਾਂਗੇ। ਇਨ ਦਾ ਮੇਨ ਟਾਈਮ ਉਹਦੇ ਜਿਹੜੇ ਪੇਪਰਸ ਹੈ, ਜਿਹੜਾ ਫਾਈਨੈਂਸ਼ੀਅਲ ਪੇਪਰ ਹੈ ਜਾਂ ਪੇਰੈਂਟਸ ਇਨਕਮ ਟੈਕਸ ਰਿਟਰਨ ਵਗੈਰਾ, ਉਹ ਅਸੀਂ ਸਾਰੀ ਫਾਈਲ ਕੰਪਾਈਲ ਕਰਾਂਗੇ ਜਦ ਤੱਕ ਉਹਦਾ ਰਿਜ਼ਲਟ ਆ ਜਾਣਾ, ਔਰ ਫਾਈਲ ਅੰਬੈਸੀ ਵਿੱਚ ਲੌਜ਼ ਹੋ ਜਾਏਗੀ। ਠੀਕ ਹੈ, ਚਲੋ ਮੈਨੂੰ ਉਮੀਦ ਹੈ ਜੀ ਕਿ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਜ਼ਰੂਰ ਮਿਲ ਗਏ ਹੋਣਗੇ, ਪਰ ਫਿਰ ਵੀ ਅੱਛਾ ਇੱਕ ਚੀਜ਼ ਹੋਰ, ਇਹਦੇ ਵਿੱਚ ਆਈਲਟਸ ਵੀ ਨਹੀਂ ਚਾਹੀਦੀ ਹੈ ਸਕੂਲਿੰਗ ਵੀਜ਼ਾ 'ਚ। ਸਟੂਡੈਂਟ ਖਾਲੀ ਆਪਣੇ ਸਕੂਲ ਤੋਂ ਲਿਖਵਾ ਕੇ ਦੇਗਾ ਕਿ ਉਹ ਇੰਗਲਿਸ਼ ਮੀਡੀਅਮ ਸਕੂਲ ਤੋਂ ਪੜ੍ਹਿਆ, ਤਾਂ ਤੁਹਾਡਾ ਹਰ ਚੀਜ਼ ਦਾ ਸਮਾਂ ਔਰ ਟਾਈਮ ਬਚ ਰਿਹਾ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਸੋ ਜਿੱਥੇ ਅਸੀਂ ਦੇਖਦੇ ਹਾਂ ਕਿ ਆਇਲਸ ਦੀ ਦੌੜ ਵਿੱਚ ਪਏ ਹੁੰਦੇ ਨੇ ਸਟੂਡੈਂਟ ਕੇ, ਕਲੀਅਰ ਕਰਕੇ ਅਸੀਂ ਰਿਕੁਆਇਰਡ ਬੈਂਡ ਲੈ ਕੇ ਆਈਏ, ਅਤੇ ਇੱਥੇ ਇੰਗਲਿਸ਼ ਸਕੂਲ ਵਿੱਚ ਅਗਰ ਬੱਚਾ ਪੜ੍ਹ ਰਿਹਾ ਸਕੂਲ ਤੋਂ ਲਿਖਵਾ ਕੇ ਤੁਸੀਂ ਦੇਣਾ, ਆਇਲਸ ਦੀ ਜ਼ਰੂਰਤ ਨਹੀਂ ਹੈ, ਪੇਰੈਂਟਸ ਵਿੱਚੋਂ ਇੱਕ ਜਣਾ ਨਾਲ ਵੀ ਜਾ ਸਕਦਾ, ਸੋ ਇੱਕ ਚੰਗੀ ਸ਼ੁਰੂਆਤ ਤੁਸੀਂ ਆਪਣੇ ਬੱਚੇ ਦੇ ਲਈ ਜ਼ਰੂਰ ਕਰ ਸਕਦੇ ਹੋ ਉਸਦੇ ਫਿਊਚਰ ਦੇ ਲਈ। ਸੋ ਕੋਈ ਹੋਰ ਸਵਾਲ ਹੈ, ਡਾਊਟ ਹੈ, ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਟਾਈਮਲੀ ਜ਼ਰੂਰ ਸਹੀ ਜਾਣਕਾਰੀ ਲੈ ਕੇ ਅੱਗੇ ਵਧੋ, ਕਿਉਂਕਿ ਇਹੀ ਰਾਈਟ ਟਾਈਮ ਹੈ ਅਗਰ ਤੁਸੀਂ ਚਾਹੁੰਦੇ ਹੋ ਆਪਣੇ ਬੱਚੇ ਲਈ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਲਈ ਅਪਲਾਈ ਕਰਨਾ। ਸੋ ਕੋਈ ਸਵਾਲ ਨੇ ਤਾਂ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ, ਇਹ ਸਾਰੀ ਜਾਣਕਾਰੀ ਤੁਸੀਂ ਅੱਜ ਜੋ ਇੱਕ ਵਾਰ ਫਿਰ ਤੋਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਅੱਗੋਂ ਵੀ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।